गुड मॉर्निंग सारे नु किवें हो सारे होप सारे चढ़दी कला दे विच होंगे। आ देखियो सवेरे सवेरे ए टाइम हैगा 9:30 बजे दा। इको दम ना इना मी आया काले बदलां नाल मी आ गया, पर मी इना पैके नहीं गया हैगा, बदल हवा दे नाल चला गया। पर आ हनीत ते मैं बाहर वेदर इंजॉय करन आए सीगे, मैं नहा तो भी लई सीगी, अज जल्दी नहा ले सी बिकॉज अज मंडे सीगा, मंडे दा फास्ट हुंदा, फिर मैनूं ऐ हुंदा मैं सवेरे छेती छेती नहा। आ थोड़ा जिहा मीह पिया, बड़ा तां मीह चलो पिया नहीं हैगा, पर आही मीह नजारा दे गया, इन्ना वधिया लग रहा सीगा। उस टाइम इन्नी नेरी सीगी, देखो काले बदल सीगे, पर ना देखो बदल जाई जा रहे ने, मैनूं लगा हवा बदलां नूं ना अड़ा के लै गई सीगी, ते इह मीह किते होर पिया होना जरूर, पर अपने इथे इन्ना नहीं पिया हैगा, थोड़ा जा पैके ते बंद हो गया। इथे अमन कर ने गुड मॉर्निंग, हेलो अमन गुड मॉर्निंग, हाउ आर यू? फाइन। आ इन्ना मैस किने पाया कल, ए मैस किने पाया कल इन्ना? हनीत कौर बाठ ने। व्हाट यू फाइंडिंग फॉर हनीत, की लब रहे हो हनीत? मम्मा नु दस्ता दो की लब रहे हो, मम्मा लब के देंगे, आ जाओ। एथे वेदर इन्ना वधिया सी ते इन्ना प्लेजेंट सीगा ना, मैं थोनू दस नहीं सकदी, मैनू वैसे भी मतलब ऐ होया पिया सीगा, इन्ने दिनां दी गर्मी नाल ना मन नू सीगा भी थोड़ा जिहा संतुष्टि मिलनी चाहीदी है, तां ओह मीह अज थोड़ा जिहा पै गया, ते मीह दे नाल जिहड़ी नेरी हवा है ना, ओह हवा ज्यादा मन नू सकून दे रही सीगी, इन्ना प्लेजेंट वेदर सीगा, बदल ऐन पूरे काले सीगे, आपां थोड़ी जिही तुलसी जी नू भी उधर करता सी, मैं क्या भी चल इहदे इन्हां च भी जल पै जावे, क्योंकि कल संडे सीगा ना, तुलसी जी नू जल दिंदे नहीं हुंदे आपां संडे नू, इस करके थोड़ा जिहा इन्हां नू राहत मिली है, प्लांट्स च भी हरियाली आई है, तुसीं आ देखो प्लांट्स भी खिल रहे ने, ते मतलब हस रहे ने, खुश हो रहे ने इस मीह नाल, क्योंकि मीह गर्मी इन्नी सीगी ते सारे जीव जंतु सारे प्लांट्स इंसान भी ईवन सारे ही मुरझाए जे पए सीगे, इस करके ना आ मीह ने थोड़ी जी राहत लियांदी है, बाकी पूरे दिन च पता लगूगा भी किन्ना मीह पिया, हुमस हुंदी है इस मीह नाल या राहत मिलदी है, वो पूरे दिन च पता लगूगा, इत्थे तां हले मॉर्निंग स्टार्टिंग है, ਇਥੇ ਆਪਾਂ ਹੁਣ ਕੰਮ ਸ਼ੁਰੂ ਕਰਦੇ ਆ, ਇਥੋਂ ਬਲੌਗ ਆਪਾਂ ਸਟਾਰਟ ਕਰਦੇ। ਹੁਣ ਮੈਂ ਦੇਖਦੀ ਆ, ਵੈਸੇ ਮੈਨੂੰ ਟ੍ਰਾਈ ਹੁੰਦਾ ਵੀ ਆ ਸਾਰਾ ਹੀ ਫਟ ਗਿਆ, ਮੈਨੂੰ ਐ ਹੁੰਦਾ ਵੀ ਮੈਂ ਇਹ ਕੱਪੜੇ ਨੂੰ ਯੂਜ਼ ਨਾ ਕਰਾਂ, ਤੇ ਇੱਕ ਮੈਂ ਆਪਣੇ ਕੱਪੜਿਆਂ ਨੂੰ ਵੈਸੇ ਵੀ ਨਾ ਪੋਚਾ ਜਾਂ ਡਸਟਿੰਗ ਵਗੈਰਾ ਨਹੀਂ ਲਾਉਂਦੀ ਹੈਗੀ, ਸੋ ਇਸ ਕਰਕੇ ਆਪਾਂ ਦੇਖਦੇ ਆ ਇਸ ਸੂਟ ਦਾ ਕੀ ਕਰਨਾ ਹੈ। ਤੇ ਇਹ ਸੂਟ ਮੇਰਾ ਆਲਰੇਡੀ ਫਟ ਚੁੱਕੀ ਹੈ, ਕਾਟਨ ਦਾ ਸੂਟ ਸੀਗਾ, ਪਰ ਇਹ ਜਦ ਮੈਂ ਸੂਟ ਪਾਉਂਦੀ ਸੀਗੀ ਨਾ ਇੰਨੀ ਆਰਾਮਦਾਰੀ ਮਿਲਦੀ ਸੀਗੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਹੁਣ, ਪਰ ਮੈਨੂੰ ਵਿਦ ਸੈਡ ਹਾਰਟਿਡ ਇਹਨੂੰ ਸਿੱਟਣਾ ਪੈ ਰਿਹਾ, ਸਿੱਟਣਾ ਨੀ ਇਨਕੇਸ ਦੇਖਦੇ ਆ ਕੀ ਕਰਾਂਗੇ ਇਹਦਾ, ਹਨਾ। ਤੇ ਇੱਥੇ ਬਹੁਤ ਸਾਰੇ ਆਪਣੇ ਕੱਪੜੇ ਹੋਏ ਪਏ ਨੇ, ਇਹਨਾਂ ਨੂੰ ਲਾਵਾਂਗੇ ਤਹਿਹਾਂ, ਤਹਿਹਾਂ ਲਾਉਂਦੇ ਲਾਉਂਦੇ ਆਪਾਂ ਗੱਲਾਂ ਵੀ ਕਰਦੇ ਆ, ਹਨਾ। ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀਗੀ ਵੀ ਲਾਈਕ ਲਿਟਰਲੀ, ਹਨਾ, ਆਪਾਂ ਸਭ ਤੋਂ ਪਹਿਲਾਂ ਤਾਂ ਸਭ ਨੂੰ ਜਿਹੜੇ ਵੀ ਕਿਸੇ ਮੇਰੇ ਫਰੈਂਡ ਜਾਂ ਕਿਸੇ ਮੇਰੀ ਭੈਣ ਦੇ ਕਮੈਂਟ ਦਾ ਨਾ ਮੈਂ ਰਿਪਲਾਈ ਨਹੀਂ ਕਰ ਪਾਉਂਦੀ, ਤਾਂ ਉਹ ਮੈਂ ਕੋਈ ਇੰਟੈਂਸ਼ਨ ਨਾਲ ਨਹੀਂ ਕਰਦੀ ਹੈਗੀ, ਠੀਕ ਹੈ, ਉਹ ਬਾਏ ਮਿਸਟੇਕ ਹੋ ਜਾਂਦਾ, ਤੇ ਪਲੀਜ਼ ਗੁੱਸਾ ਨਾ ਕਰਿਆ ਕਰੋ, ਬਿਕਾਜ਼ ਮੇਰਾ ਤੁਹਾਡੀ ਸਾਰਿਆਂ ਨਾਲ ਬਹੁਤ ਪਿਆਰ ਹੈ, ਮੇਰੀ ਤੁਸੀਂ ਫੈਮਿਲੀ ਹੋ, ਸੋ ਤੁਸੀਂ ਪਲੀਜ਼ ਗੁੱਸਾ ਨਾ ਕਰਿਆ ਕਰੋ, ਜੇ ਨਹੀਂ ਰਿਪਲਾਈ ਹੋਇਆ ਨਾ ਤਾਂ ਤੁਸੀਂ, ਮੈਂ ਨਹੀਂ ਰਿਪਲਾਈ ਕਮੈਂਟ ਰਿਪਲਾਈ ਹੁੰਦਾ ਤਾਂ ਤੁਸੀਂ ਨੈਕਸਟ ਵੀਡੀਓ 'ਚ ਮੈਨੂੰ ਕਮੈਂਟ ਕਰੋ, ਸੋ ਦੈਟ ਮੈਂ ਫੇਰ ਵੀ ਨਹੀਂ ਕਰੂੰਗੀ, ਫੇਰ ਤੁਸੀਂ ਮੈਨੂੰ ਸ਼ਿਕਾਇਤ ਕਰ ਸਕਦੇ ਹੋ, ਹਨਾ। ਕਈ ਵਾਰ ਕੀ ਹੁੰਦਾ ਆਪਾਂ ਨੂੰ ਕਮੈਂਟਸ ਮਿਲਦੇ ਵੀ ਨਹੀਂ ਹੈਗੇ, ਕਈ ਕਮੈਂਟਸ, ਠੀਕ ਹੈ, ਮੈਂ ਬਹੁਤ ਟਰਾਈ ਕਰਦੀ ਹੁੰਦੀ, ਵੈਸੇ ਮੇਰੀ ਇੱਕ ਇੱਕ ਟਰਾਈ ਹੈ ਕਿ ਮੈਂ ਜਦੋਂ ਮੈਨੂੰ ਕਮੈਂਟ ਆਉਂਦਾ ਨਾ ਮੈਂ ਜਦੀ ਰਿਪਲਾਈ ਕਰਦੀ ਹਾਂ, ਮੈਂ ਇਹ ਨਹੀਂ ਕਰਦੀ ਵੀ ਆ ਹੁਣ ਕਮੈਂਟਸ ਆ ਗਏ ਇਕੱਠੇ ਸ਼ਾਮ ਨੂੰ ਰਿਪਲਾਈ ਕਰੂੰਗੀ, ਮੈਨੂੰ ਤਾਂ ਜਦੋਂ ਕਮੈਂਟ ਆ ਜਾਂਦਾ ਆਪਾਂ ਤਾਂ ਉਦੋਂ ਹੀ ਰਿਪਲਾਈ ਕਰ ਦਿੰਨੇ ਆ, ਠੀਕ ਹੈ। ਤੇ ਪਲੀਜ਼ ਮਾਈਂਡ ਨਾ ਕਰਿਆ ਕਰੋ, ਜੇ ਗੁੱਸਾ ਲੱਗਦਾ ਤਾਂ ਫੇਰ ਵੀ ਤੁਹਾਡੀ ਸਿਸਟਰ ਆ ਜਾਂ ਛੋਟੀ ਮੰਨ ਲਓ ਚਾਹੇ ਵੱਡੀ ਮੰਨ ਲਓ, ਹਨਾ, ਤੁਸੀਂ ਮੇਰੇ ਨਾਲ ਗੱਲ ਸ਼ੇਅਰ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਹਨਾ, ਵੀ ਇਹ ਚੀਜ਼ ਹੋਈ ਹੈ, ਕਿਉਂਕਿ ਮੈਨੂੰ ਕਈ ਵਾਰ ਤੁਹਾਡੇ ਕਮੈਂਟਸ ਕਈਆਂ ਦੇ ਨਹੀਂ ਮਿਲਦੇ, ਜਿਹੜੇ ਵੀ ਮੇਰੀ ਕੋਈ ਸਿਸਟਰ ਕਹਿੰਦੇ ਨੇ ਨਾ ਵੀ ਸਾਡਾ ਕਮੈਂਟ ਨਹੀਂ ਰਿਪਲਾਈ ਕੀਤਾ ਜਾਂ ਦੀਦੀ ਤੁਸੀਂ ਸਾਨੂੰ ਰਿਪਲਾਈ ਨਹੀਂ ਕਰਦੇ, ਪਰ ਮੇਰੀ ਟ੍ਰਾਈ ਹੁੰਦੀ ਹੈ, ਮੈਂ ਇੱਕ ਰਿਪਲਾਈ ਨਹੀਂ ਕਰਦੀ, ਮੈਂ ਅਗਲੇ ਦਾ ਇਹ ਵੀ ਦੇਖਦੀ ਹਾਂ ਵੀ ਉਹਨਾਂ ਜਦੋਂ ਮੈਂ ਰਿਪਲਾਈ ਕਰਤਾ, ਠੀਕ ਹੈ, ਉਹ ਤੋਂ ਬਾਅਦ ਵੀ ਜਦੋਂ ਉਹਨਾਂ ਦਾ ਕੋਈ ਆਂਸਰ ਆਉਂਦਾ ਉਹਨੂੰ ਵੀ ਅੱਗੇ ਰਿਪਲਾਈ ਕਰਦੀ ਹਾਂ, ਮੇਰਾ ਇਹ ਇੰਟੈਂਸ਼ਨ ਨਹੀਂ ਹੁੰਦਾ ਵੀ ਮੈਂ ਨਾ ਰਿਪਲਾਈ ਕਰਾਂ, ਪਰ ਮੈਂ ਟ੍ਰਾਈ ਕਰਦੀ ਹਾਂ ਵੀ ਮੈਂ ਡੈਫੀਨੇਟਲੀ ਰਿਪਲਾਈ
ਇੱਥੇ ਹੁਣ ਆਪਾਂ ਬੈੱਡਸ਼ੀਟਸ ਵਗੈਰਾ ਚੱਕ ਦਈਏ, ਸਾਰਾ ਬੈੱਡ ਸੈੱਟ ਕਰ ਦਈਏ, ਸੋ ਦੈਟ ਅੱਜ ਵੈਸੇ ਕਿਤੇ ਜਾਣ ਦੀ ਤਾਂ ਆਪਣੀ ਹੈ ਨੀ ਗੀ ਕੋਈ ਸਲਾਹ, ਕਿਤੇ ਵੀ ਨੀ ਜਾਣਾ ਹੈਗਾ, ਘਰ ਦੇ ਹੀ ਅੱਜ ਆਪਣੇ ਹੈਗੇ ਨੇ, ਘਰ ਦੇ ਹੀ ਕੰਮ ਕਰਨੇ, ਕਿਉਂਕਿ ਤੁਹਾਨੂੰ ਪਤਾ ਜਾਣ ਆਉਣ ਨਾਲ ਨਾ ਕਿੰਨਾ ਘਰ ਚ ਖਲਾਰਾ ਪੈ ਜਾਂਦਾ ਹੁੰਦਾ, ਇਸ ਕਰਕੇ ਜਾਣਾ ਆਉਣਾ ਆਪਾਂ ਅੱਜ ਕਿਤੇ ਨੀ ਹੈਗਾ, ਅੱਜ ਜਸਟ ਘਰ ਦੇ ਹੀ ਕੰਮ ਨੇ, ਪਰ ਆਪਾਂ ਘਰੇ ਵੀ ਤਿਆਰ ਵਿਆਰ ਟਿਪ ਟਾਪ ਹੋ ਜਾਂਦੇ ਆ, ਦੇਖੋ ਸਵੇਰੇ ਹੀ ਤਿਆਰ ਹੋ ਜਾਂਦੇ ਆ, ਤੇ ਚਲੋ ਮਨ ਪਰਚਾਵਾ ਹੋ ਜਾਂਦਾ ਵੀ ਹਾਂ ਤਿਆਰ ਹੋ ਗਏ, ਵੀ ਜੇ ਜਾਣਾ ਪੈ ਵੀ ਗਿਆ ਇਨ ਕੇਸ ਕਿਤੇ ਤਾਂ ਆਪਾਂ ਚਲੇ ਜਾਵਾਂਗੇ ਹਨਾ। ਇੱਥੇ ਮੈਨੂੰ ਸੀਗਾ ਇੱਕ, ਮੈਨੂੰ ਨਾ ਸਵੇਰੇ ਸਵੇਰੇ ਹੁੰਦਾ ਵੀ ਮੈਂ ਸਵੇਰੇ ਹੀ ਉੱਠ ਕੇ ਜਿਹੜਾ ਵੀ ਉੱਪਰ ਚੀਜ਼ ਲੈਣ ਵਾਲੀ ਆ ਜਾਂ ਬਲੈਂਕਟ ਹੋ ਗਿਆ ਜਾਂ ਕੁਛ ਵੀ, ਉਹ ਮੈਂ ਚੱਕ ਦਿੰਦੀ ਹਾਂ ਚਾਹੇ ਹਨੀ। ਮੇਰੀ ਸਭ ਤੋਂ ਪਹਿਲਾਂ ਇੰਪੋਰਟੈਂਟ ਕੰਮ ਹੈ, ਸਾਰੇ ਇੰਪੋਰਟੈਂਟ ਕੰਮ ਕਰਕੇ ਫਿਰ ਆਪਾਂ ਖਾਣੇ ਨੂੰ ਲੱਗਾਂਗੇ, ਕਿਉਂਕਿ ਹਲੇ ਅਮਨ ਦਾ ਖਾਣਾ ਤੇ ਮੰਮਾ ਦਾ ਕਿਚਨ ਚ ਹਲੇ ਰਹਿੰਦਾ। ਸੋ ਆਪਾਂ ਪਹਿਲਾਂ ਠਾਕੁਰ ਜੀ ਨੂੰ ਇਸ਼ਨਾਨ ਕਰਾਵਾਂਗੇ, ਕਿਉਂਕਿ ਇਹ ਮੇਰਾ ਫਰਸਟ ਪ੍ਰਾਇਓਰਿਟੀ ਕੰਮ ਹੁੰਦਾ, ਕਿਉਂਕਿ ਇਹਨਾਂ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਹੀ ਮੈਂ ਕੁਛ ਕਰ ਸਕਦੀ ਹਾਂ, ਅਦਰਵਾਈਜ਼ ਮੈਂ ਹਲੇ ਕੁਛ ਨਹੀਂ ਕਰ ਸਕਦੀ। ਮੈਂ ਅੱਜ ਲਾਈਟ ਚਲੀ ਗਈ ਆ, ਦੇਖੋ ਮੰਦਿਰ ਦੇ ਵਿੱਚ ਨਾ ਲਾਈਟ ਬਹੁਤ ਡਿਮ ਹੈ, ਬਿਕੋਜ਼ ਲਾਈਟ ਆਲਰੇਡੀ ਚਲੀ ਗਈ ਹੈ, ਆ ਵੈਦਰ ਏਦਾਂ ਦਾ ਨਾ ਤਾਂ ਲਾਈਟ ਚਲੀ ਗਈ ਹੈ ਨਾ। ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਠਾਕੁਰ ਜੀ ਨੂੰ ਰੈਡੀ ਕਰਕੇ। ਇੱਕ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਇਨਵੀਟੇਸ਼ਨ ਦਿੰਨੀ ਆ, ਮੇਰੇ ਠਾਕੁਰ ਜੀ ਦਾ ਹੈਗਾ ਬਰਥਡੇ, ਜਨਮ ਅਸ਼ਟਮੀ ਹੈ ਹਨਾ, ਤੇ ਜਨਮ ਅਸ਼ਟਮੀ ਹੈਗੀ ਆ 6th ਦੀ ਹੈ, ਆਪਾਂ ਰਾਤ ਨੂੰ 12 ਵਜੇ ਵੀ ਦਿੰਦਾ, ਤੁਹਾਨੂੰ ਪਤਾ ਫੈਮਿਲੀਜ਼ ਨੇ ਬਹੁਤ ਕੁਛ ਹੁੰਦਾ ਹਨਾ, ਪਰ ਮੈਂ ਇਹਨਾਂ ਨਾਲ ਗੱਲ ਕਰ ਲੈਂਦੀ ਹਾਂ, ਮੇਰਾ ਮਨ ਬਹੁਤ ਸੈਟਿਸਫਾਈਡ ਹੋ ਜਾਂਦਾ। ਤੇ ਇਹਨਾਂ ਨੂੰ ਆਪਾਂ ਕਰਤਾ ਰੈਡੀ, ਮੁਕਟ ਵੀ ਇਹਨਾਂ ਦਾ ਮੈਂ ਦੇਖਦੀ ਹਾਂ, ਮੈਂ ਨਾ ਮੁਕਟ ਵੈਸੇ ਗਰਮੀਆਂ ਦੇ ਵਿੱਚ ਬਹੁਤ ਘੱਟ ਦਿੰਨੀ ਆ ਠਾਕੁਰ ਜੀ ਨੂੰ, ਕਿਉਂਕਿ ਜਿਹੋ ਜਿਹੀ ਯਾਰ ਆਪਾਂ ਨੂੰ ਗਰਮੀ ਲੱਗਦੀ ਆ ਉਹ ਜੀ ਇਹਨਾਂ ਨੂੰ ਵੀ ਲੱਗਦੀ ਆ ਹਨਾ। ਮੈਂ ਟਰਾਈ ਕਰਦੀ ਹੁੰਦੀ ਆ ਵੀ ਮੁਕਟ ਨਾ ਦਵਾਂ, ਆ ਇੱਕ ਮੁਕਟ ਲੈ ਕੇ ਆਈ ਸੀ ਮੈਂ, ਪਰ ਇਹ ਬਹੁਤ ਵੱਡਾ ਹੈ ਇਹਨਾਂ ਦਾ ਮੁਕਟ, ਇਹਨਾਂ ਦੇ ਸਿਰ ਤੇ ਆਉਣਾ ਨੀ, ਕਿਉਂਕਿ ਮੇਰੇ ਠਾਕੁਰ ਜੀ ਤਾਂ ਬਹੁਤ ਨੰਨੇ ਜੇ ਨੇ, ਛੋਟੇ ਜੇ ਨੇ ਹਨਾ, ਤੇ ਇੱਥੇ ਆਉਣਾ ਨੀ ਹੈਗਾ। ਹੁਣ ਆਪਾਂ ਲਾਉਂਦੇ ਆ ਜੋਤ ਧੂਫ, ਇੱਕ ਮੈਂ ਤੁਹਾਨੂੰ ਨਾ ਵਾਸਤੂ ਟਿਪ ਦਿੰਨੀ ਆ, ਜਿਹੜੇ ਵੀ ਸਾਰੇ ਜੋਤ ਕਰਦੇ ਨੇ ਹਨਾ, ਇਹ ਵਾਸਤੂ ਟਿਪ ਕੀ ਹੈ ਮੈਂ ਤੁਹਾਨੂੰ ਦੱਸਦੀ ਹਾਂ, ਜਿਹੜਾ ਵੀ ਕੋਈ ਜੋਤ ਕਰਦਾ ਉਹਨੂੰ ਹਮੇਸ਼ਾ ਜੋਤ ਕਰਨ ਤੋਂ ਪਹਿਲਾਂ ਜੋਤ ਨੂੰ ਧੋਣਾ ਚਾਹੀਦਾ, ਇਹ ਵਾਸਤੂ ਟਿਪ ਹੈ, ਕਿਉਂਕਿ ਜੇ ਆਪਾਂ ਜੋਤ ਸੁੱਚੀ ਨਹੀਂ ਕਰਦੇ, ਜਦੋਂ ਆਪਾਂ ਆਪਣਾ ਖਾਣਾ ਖਾਂਦੇ ਹਾਂ ਜਾਂ ਆਪਣੇ ਬਰਤਨ ਹੁੰਦੇ ਆ, ਆਪਾਂ ਉਹਨੂੰ ਵੀ ਸੁੱਚਾ ਕਰਦੇ ਹਾਂ ਨਾ, ਇਹਨੂੰ ਵੀ ਸੁੱਚਾ ਕਰਨਾ ਬਹੁਤ ਜ਼ਰੂਰੀ ਹੈ। ਮੈਂ ਇਸ ਕਰਕੇ ਜਲ ਜ਼ਿਆਦਾ ਲੈ ਕੇ ਆਉਂਦੀ ਹੁੰਦੀ ਹਾਂ, ਮੈਂ ਇੱਥੇ ਬਹਿ ਕੇ ਤੂੰ ਵਾਸ਼ ਕਰ ਲੈਂਦੀ ਹਾਂ, ਔਰ ਮੈਂ ਇਹਨਾਂ ਲਈ ਨਾ ਇੱਥੇ ਕੱਪੜਾ ਰੱਖਿਆ ਹੋਇਆ, ਮੇਰਾ ਕੱਪੜਾ ਪਤਾ ਨਹੀਂ ਕਿੱਥੇ ਗਿਆ, ਤੇ ਕੱਪੜਾ ਰੱਖਿਆ ਹੋਇਆ ਸੀਗਾ, ਅਮਨ ਨੇ ਵਿੱਚ ਰੱਖਤਾ, ਅਮਨ ਵੀ ਕਰ ਦਿੰਦੇ ਨਾ, ਆਹ ਮੇਰਾ ਕੱਪੜਾ ਰੱਖਿਆ ਹੋਇਆ ਇਹਨੂੰ ਕਲੀਨ ਕਰਨ ਵਾਸਤੇ। ਇੱਥੇ ਆਪਾਂ ਸੌਰੀ ਫੋਰ ਦੈਟ, ਛਿੱਕ ਆ ਗਈ ਸੀਗੀ, ਤੇ ਇੱਥੇ ਆਪਾਂ ਕਰਾਂਗੇ ਇਹਨੂੰ ਕਲੀਨ। ਹੋਰ ਨਹੀਂ ਕੁਛ ਨਾ, ਮਾੜਾ ਜਿਹਾ ਪਾਣੀ ਪਾ ਕੇ ਸੁੱਚਾ ਕਰ ਲਓ। ਚਲੋ ਸਾਫ ਸਫਾਈ ਤਾਂ ਜਦੋਂ ਆਪਾਂ ਡੀਪ ਕਲੀਨਿੰਗ ਕਰਦੇ ਹਾਂ ਮੰਦਿਰ ਦੀ ਨਾ, ਉਦਣ ਕਰਤੀ, ਅੱਜ ਦੇ ਦਿਨ ਸਿਰਫ ਸੁੱਚਾ ਕਰ ਲਿਆ ਇਹਨੂੰ, ਜਿਵੇਂ ਰੋ ਰੈਗੂਲਰ ਸੁੱਚਾ ਕਰ ਲਿਆ ਬਸ, ਛਿੱਟੇ ਦੇ ਕੇ। ਇੱਕ ਮੇਰਾ ਗੰਗਾ ਜਲ ਫਿਨਿਸ਼ ਹੋਇਆ ਹੋਇਆ, ਮੈਂ ਗੰਗਾ ਜਲ ਵੀ ਲੈ ਕੇ ਆਉਣਾ, ਉੱਥੇ ਵੀ ਤੁਹਾਨੂੰ ਉਹ ਸ਼ੌਪ ਦਿਖਾਉਂਗੀ, ਉੱਥੋਂ ਹੀ ਆ ਜੋਤਾਂ ਲੈ ਕੇ ਆਉਣੀ ਹੁੰਦੀ ਆ ਮੈਂ, ਉੱਥੋਂ ਹੀ। ਇੱਥੇ ਕੋਈ ਕਹਿ ਦੂਗਾ ਕਿ ਮੀਂਹ ਪਿਆ ਸੀਗਾ ਸਵੇਰੇ, ਦੇਖੋ ਹਾਲ ਕੀ ਹੈ, ਕਿੰਨੀ ਧੁੱਪ ਹੈ, ਕਿੰਨੀ ਜ਼ਿਆਦਾ ਧੁੱਪ ਹੈ ਹਨਾ। ਆਪਾਂ ਚੱਲੇ ਸੀਗੇ ਮੰਦਿਰ ਮੰਮੀ ਨੂੰ ਲੈ ਕੇ, ਆਪਾਂ ਪੰਜਾਬੀ ਬਾਗ ਚੱਲੇ ਸੀਗੇ, ਫਿਰ ਉੱਥੋਂ ਲੈ ਕੇ ਮੰਮੀ ਨੂੰ ਮੰਦਿਰ ਜਾਵਾਂਗੇ। ਇੱਥੇ ਹਨੀਤ ਨੂੰ ਤੋੜਨ ਭੇਜਿਆ ਸੀਗਾ ਮਿਰਚਾਂ, ਅਮਨ ਉਹਨਾਂ ਦੇ ਨਾ ਪਲਾਟ ਦੇ ਵਿੱਚ ਲੱਗੀਆਂ ਹੋਈਆਂ ਨੇ ਮਿਰਚਾਂ, ਤੇ ਉਹ ਤੋੜਨ ਭੇਜੀਆਂ ਸੀਗੀਆਂ ਮੈਂ ਹਨੀਤ ਨੂੰ, ਮੈਂ ਕਿਹਾ ਚੱਲ ਤੋੜ ਲਿਆ ਹਨਾ ਵੀ ਟੀਟੂ ਵੀਰੇ ਨਾਲ ਲੱਗ ਕੇ, ਪਰ ਮੈਨੂੰ ਪਤਾ, ਮੈਨੂੰ ਇਹ ਵੀ ਡਰ ਸੀਗਾ ਵੀ ਇਹਦੀਆਂ ਅੱਖਾਂ ਨੂੰ ਨਾ ਹੱਥ ਲਾ ਲਵੇ ਜਾਂ ਕੁਛ। ਅਮਨ ਕਹਿੰਦੇ ਨਹੀਂ, ਮੈਂ ਕੋਲ ਖੜ ਕੇ ਤੜਵਾਈ। ਮਿਰਚਾਂ ਹੈਗੀਆਂ ਬਹੁਤ ਕੌੜੀਆਂ ਸੀਗੀਆਂ, ਇੰਨੀਆਂ ਵਧੀਆ ਮਿਰਚਾਂ ਸੀਗੀਆਂ ਨਾ ਜਿਹੜੀਆਂ ਵੀਰੇ ਨੇ ਤੋੜ ਕੇ ਦਿੱਤੀਆਂ ਨੇ ਅਮਨ ਉਹਨੀ, ਜਿਹੜੇ ਪਲਾਟ ਚ ਬਹਿੰਦੇ ਨੇ ਨਾ, ਇਹ ਉੱਥੇ ਲੱਗੀਆਂ ਹੋਈਆਂ ਨੇ ਇਹ ਮਿਰਚਾਂ, ਤੇ ਹਨੀਤ ਤੋੜ ਰਹੀ ਹੈ। ਹਨੀਤ ਨੇ ਪਹਿਲੀ ਵਾਰ ਜ਼ਿੰਦਗੀ ਚ ਗਾਰਡਨਿੰਗ ਕੀਤੀ ਹੈ, ਤੁਸੀਂ ਦੇਖਿਓ ਤੁਹਾਡੀ ਪਰੀ ਕਿਵੇਂ ਦੀ ਗਾਰਡਨਿੰਗ ਕਰਕੇ ਲਈ ਹੈ। ਵੈਸੇ ਪਾਪਾ ਲਈ ਗਿਫਟ ਲੈ ਕੇ ਆਈ ਸੀ, ਕਹਿੰਦੀ ਮੈਂ ਪਾਪਾ ਤੁਹਾਡੇ ਲਈ ਨਾ ਗਿਫਟ ਲੈ ਕੇ ਆਈ ਹਾਂ, ਕਿਉਂਕਿ ਇਹਨੂੰ ਪਤਾ ਵੀ ਮੇਰੇ ਪਾਪਾ ਬਿਨਾਂ ਮਿਰਚ ਤੋਂ ਖਾਣਾ ਨਹੀਂ ਖਾਂਦੇ ਹੈਗੇ, ਤੇ ਲਿਫਾਫਾ ਚੱਕੀ ਫਿਰਦੀ ਸੀ, ਕਹਿੰਦੀ ਤਾਊ ਜੀ ਤੁਸੀਂ ਤੋੜੋ ਤੇ ਮੈਂ ਉਹ ਪੋਲੀ ਬੈਗ ਚ ਪਾਉਂਗੀ, ਫਿਰ ਮੈਂ ਘਰੇ ਲੈ ਕੇ ਜਾਊਂਗੀ ਆਪਣੇ ਪਾਪਾ ਲਈ ਗਿਫਟ ਹਨਾ। ਇੰਨਾ ਸਰਪ੍ਰਾਈਜ਼ ਕੀਤਾ ਇਹਨੇ ਅਮਨ ਨੂੰ ਲਿਆ ਕੇ ਜਦੋਂ ਇਹ ਮਿਰਚਾਂ ਦਿੱਤੀਆਂ ਹਨਾ, ਤੇ ਅਮਨ ਵੀ ਖੁਸ਼ ਹੋ ਗਏ। ਸਾਨੂੰ ਅਮਨ ਤਾਂ ਚਲੋ ਕੋਲ ਖੜ ਕੇ ਤੜਵਾ ਰਹੇ ਸੀ, ਮੈਨੂੰ ਜਦ ਅਮਨ ਨੇ ਦੱਸਿਆ ਕਿ ਕਹਿੰਦੇ ਆ ਦੇਖ ਮੇਰੇ ਲਈ ਗਿਫਟ ਲੈ ਕੇ ਆਈ ਹੈ, ਮਿਰਚਾਂ ਤੋੜ ਕੇ ਲੈ ਕੇ ਆਈ ਹੈ, ਮੈਂ ਇੰਨੀ ਸਰਪ੍ਰਾਈਜ਼ ਹੋਈ, ਸਗੋਂ ਮੈਨੂੰ ਵਰੀਡ ਵੀ ਹੋ ਗਈ ਵੀ ਮੈਂ ਕਿਤੇ ਵੀ ਜੇ ਇਹੀ ਹੱਥ ਇਹ ਅੱਖਾਂ ਨੂੰ ਲਾ ਲੈਂਦੀ ਤਾਂ ਕਿੰਨਾ ਔਖਾ ਹੋ ਜਾਣਾ ਸੀ ਹਨਾ, ਮਿਰਚਾਂ ਤਾਂ ਆਪਣੇ ਵਰਗਾ ਨਹੀਂ ਤੋੜ ਸਕਦਾ ਹੈਗਾ।
ਇਹ ਤਾਂ ਫੇਰ ਵੀ ਰੱਤੀ ਪਰ ਬੱਚਾ ਪਰ ਅਮਨ ਕਹਿੰਦੇ ਨਹੀਂ ਉਹਨੇ ਤੋੜ ਲਿਆ ਸੀ ਹੱਥ ਵੀ ਇਹਦੇ ਨਾਲ ਚੰਗੀ ਤਰ੍ਹਾਂ ਧਵਾਤੇ ਸੀਗੇ ਵੀ ਉੱਥੇ ਹੀ ਪਲਾਟ ਦੇ ਵਿੱਚ ਨਾ ਸਾਬਣ ਸੁਬਣ ਨਾ ਪਤਾ ਨਹੀਂ ਉੱਥੇ ਹੀ ਧਵਾਤੇ ਸੀਗੇ ਕਿਉਂਕਿ ਮੈਨੂੰ ਲੱਗਦਾ ਘਰੇ ਆ ਕੇ ਤਾਂ ਇਹਨੇ ਹੱਥ ਧੋਤੇ ਹੀ ਨਹੀਂ ਹੈਗੇ ਉੱਥੇ ਹੀ ਧੋ ਕੇ ਆਈ ਸੀਗੀ ਤੇ ਲੈ ਕੇ ਆਈ ਹੈ ਗਿਫਟ ਸਾਰੇ ਹੱਲੇ ਹੀ ਆ ਤੁਸੀਂ ਵੀ ਇਹਦੇ ਗਿਫਟ ਲੈ ਲਿਓ ਮਿਰਚਾਂ ਤੇ ਪਰ ਮਿਰਚਾਂ ਹੈ ਬਹੁਤ ਵਧੀਆ ਸੀਗੀਆਂ ਬਹੁਤ ਕੌੜੀਆਂ ਤੇ ਬਹੁਤ ਵਧੀਆ ਮਿਰਚਾਂ ਸੀਗੀਆਂ ਨਿੱਕੀ ਨਿੱਕੀ ਮਿਰਚ ਸੀਗੀ ਮੈਨੂੰ ਐ ਲੱਗਦਾ ਵੀ ਅੱਜ ਕੱਲ ਜਿੰਨੀ ਆਪਾਂ ਨਿੱਕੀ ਮਿਰਚ ਲੈਨੇ ਆ ਓਨੀ ਕੌੜੀ ਹੁੰਦੀ ਹੈ ਆ ਪਿੱਛੇ ਜੇ ਨਾ ਅਸੀਂ ਮੰਡੀ ਚੋਂ ਲੈ ਕੇ ਆਏ ਵੱਡੀਆਂ ਵੱਡੀਆਂ ਮਿਰਚਾਂ ਮੋਟੀਆਂ ਮੋਟੀਆਂ ਉਹ ਜਮਾ ਹੀ ਕੌੜੀ ਨਾ ਅਮਨ ਵੀ ਕਹਿਣ ਕਹਿਣ ਮਜ਼ਾ ਹੀ ਨਹੀਂ ਆਇਆ ਹੈਗਾ ਜਮਾ ਕੌੜੀ ਨਹੀਂ ਹੈਗੀ ਹਨਾ ਤੇ ਪਰ ਇਹ ਨਿੱਕੀ ਨਿੱਕੀ ਜੀ ਸੀਗੀ ਰੈਡ ਐਂਡ ਗ੍ਰੀਨ ਕਲਰ ਦੀ ਸੀਗੀ ਡਬਲ ਸ਼ੇਡਡ ਜੀ ਸੀਗੀ ਇਹ ਕਹਿੰਦੇ ਜਿਹੜੀ ਰੈਡ ਐਂਡ ਗ੍ਰੀਨ ਹੁੰਦੀ ਹੈ ਥੋੜੀ ਜ਼ਿਆਦਾ ਮਿਰਚ ਹੁੰਦੀ ਹੈ ਅਮਨ ਤਾਂ ਬਹੁਤ ਸਪਾਈਸੀ ਖਾਂਦੇ ਨੇ ਮਤਲਬ ਜੇ ਤੋਂ ਸਪਾਈਸੀ ਚੀਜ਼ ਹੋਵੇ ਉਹਦੇ ਨਾਲ ਵੀ ਮਿਰਚ ਖਾਣੀ ਕਿ ਆਇਆ ਸੀਗਾ ਆਪਣਾ ਇੱਕ ਪਾਰਸਲ ਇਹ ਪਾਰਸਲ ਆਪਣਾ ਨਹੀਂ ਸੀਗਾ ਮੇਰਾ ਨਹੀਂ ਸੀਗਾ ਇਹ ਅਮਨ ਦਾ ਪਾਰਸਲ ਸੀਗਾ ਤੇ ਪਤਾ ਨਹੀਂ ਕਿਹੜੇ ਬ੍ਰਾਂਡ ਦਾ ਸੀ ਅਮਨ ਨੇ ਮੰਗਾਇਆ ਆਪਣੇ ਫੋਨ ਕਵਰ ਫੋਨ ਕਵਰ ਹੈਗਾ ਤਾਂ ਬਹੁਤ ਸੋਹਣਾ ਸੀਗਾ ਪਰ ਉਹ ਅਮਨ ਦੇ ਫੋਨ ਤੇ ਹੀ ਪੈ ਸਕਦਾ ਸੀ ਬਿਕੋਜ਼ ਅਮਨ ਦਾ ਫੋਨ ਨਾ ਦੂਜਾ ਸਲਾਈਡ ਵਾਲਾ ਬੰਦ ਹੁੰਦਾ ਤਾਂ ਗੂਚੀ ਦਾ ਕਵਰ ਮੰਗਾਇਆ ਅਮਨ ਨੇ ਜਾਲੀ ਗੂਚੀ ਹੈ ਕਾਪੀ ਗੂਚੀ ਹੈ ਸੋ ਅਮਨ ਨੇ ਮੰਗਾਇਆ ਕਵਰ ਸੋਹਣਾ ਕਵਰ ਨੋ ਡਾਊਟ ਬਹੁਤ ਸੋਹਣਾ ਸੀਗਾ ਇੱਥੇ ਮੈਂ ਤੁਹਾਨੂੰ ਹੁਣ ਦੱਸਦੀ ਆ ਵੀ ਇਹ ਬੁੱਕਸ ਕਿਹਦੀਆਂ ਨੇ ਹਨਾ ਇਹ ਇੱਕ ਸਸਪੈਂਸ ਹੈ ਆਪਾਂ ਤੁਹਾਡੀ ਪਰੀ ਦੀ ਕਰਾਤੀ ਐਡਮਿਸ਼ਨ ਐਡਮਿਸ਼ਨ ਇੱਥੇ ਇੱਕ ਸਕੂਲ ਹੈਗਾ ਸੈਂਟਾ ਕਲੌਸ ਬਹੁਤ ਅੱਛਾ ਸਕੂਲ ਹੈ ਪ੍ਰੀ ਸਕੂਲ ਹੈ ਲਾਈਕ ਕਿੰਡਰਗਾਰਡਨ ਹੈ ਤੇ ਉਹਦੇ ਵਿੱਚ ਐਡਮਿਸ਼ਨ ਕਰਵਾਈ ਹੈ ਤੇ ਉਹਨਾਂ ਨੇ ਬੁੱਕਸ ਵੀ ਦਿੱਤੀਆਂ ਨੇ ਤੇ ਇਹਨੂੰ ਉਹ ਕਹਿੰਦੇ ਰਾਹਿਮਸ ਯਾਦ ਕਰਵਾਓ ਤੇ ਇਹ ਹਿੰਦੀ ਰਾਹਿਮਸ ਕਰ ਰਹੀ ਸੀਗੀ ਇੰਗਲਿਸ਼ ਰਾਹਿਮਸ ਤਾਂ ਇਹਨੂੰ ਟਵਿੰਕਲ ਟਵਿੰਕਲ ਤਾਂ ਆਉਂਦੀ ਹੈ ਨਾ ਤੇ ਇਹ ਇੰਗਲਿਸ਼ ਆਲਮੋਸਟ ਆਉਂਦੀਆਂ ਨੇ ਹੁਣ ਮੈਨੂੰ ਕਹਿੰਦੇ ਹਿੰਦੀ ਸਿਖਾਓ ਇਹ ਹਿੰਦੀ ਜਿਵੇਂ ਨਵੀਆਂ ਬੁੱਕਸ ਦਾ ਚਾਅ ਹੁੰਦਾ ਨਾ ਉਵੇਂ ਦੋ ਦਿਨ ਦਾ ਚਾਅ ਹੈ ਕੋਈ ਨਾ ਉੱਤਰ ਜਾਣਾ ਬੱਚਿਆਂ ਨੂੰ ਇਹ ਬੁੱਕਸ ਦਾ ਦੋ ਦਿਨ ਦਾ ਹੀ ਚਾਅ ਹੁੰਦਾ ਹੁੰਦਾ ਚਲੋ ਦੇਖਦੇ ਹੁਣ ਕਿੰਨੇ ਦਿਨ ਸਕੂਲ ਜਾਊਗੀ ਕੱਲ ਨੂੰ ਇਹਦਾ ਫਸਟ ਡੇ ਆਫ ਸਕੂਲ ਹੈ ਜ਼ਿੰਦਗੀ ਦਾ ਫਸਟ ਡੇ ਆਫ ਸਕੂਲ ਹੈ ਬਹੁਤ ਐਸ਼ ਕੱਟ ਲਈ ਤੁਹਾਡੀ ਪਰੀ ਨੇ ਬਹੁਤ ਇੰਜੋਏ ਕਰ ਲਿਆ ਬਟ ਹੁਣ ਉਹਨੂੰ ਜਾਣਾ ਪੈਣਾ ਹੈ ਸਕੂਲ ਤੇ ਇੱਥੇ ਉਹਨਾਂ ਨੇ ਆਪਾਂ ਨੂੰ ਸ਼ਡਿਊਲ ਦਿੱਤਾ ਇਹਦਾ ਉਹ ਦਿੱਤਾ ਟਾਈਮ ਟੇਬਲ ਵੀ ਕੀ ਖਾਣੇ ਚ ਭੇਜਣਾ ਇਹਨੂੰ ਤੇ ਕੀ ਟਿਫਨ ਹੋਣਾ ਟਿਫਨ ਚ ਹੋਣਾ ਚਾਹੀਦਾ ਤੇ ਕਿਵੇਂ ਬੁੱਕਸ ਕਿਹੜੇ ਡੇ ਕਿਹੜੀ ਬੁੱਕ ਭੇਜਣੀ ਹੈ ਕਿਹੜੇ ਡੇ ਕਿਹੜੀ ਬੁੱਕ ਭੇਜਣੀ ਹੈ ਕਿਉਂਕਿ ਰੈਗੂਲਰ ਸਾਰੀਆਂ ਬੁੱਕਸ ਨਹੀਂ ਦੇਣੀਆਂ ਆਪਾਂ ਇੱਥੇ ਆਪਾਂ ਪਹੁੰਚ ਗਏ ਹੁਣ ਬੁਟੀਕ ਦੇ ਵਿੱਚ ਮੈਂ ਸਵਾਉਣਾ ਐਕਚੁਅਲੀ ਸੂਟ ਜਿਹੜਾ ਆਪਾਂ ਰੱਖੜੀਆਂ ਤੇ ਪਾਉਣਾ ਮੈਂ ਬਾਲਾ ਹੈਵੀ ਸੂਟ ਤਾਂ ਤੁਹਾਨੂੰ ਵੀ ਪਤਾ ਮੈਂ ਪਾਉਂਦੀ ਨਹੀਂ ਹੈਗੀ ਪ੍ਰਿੰਸ ਹੀ ਪਾਉਣੀ ਆ ਤੇ ਆਪਾਂ ਇੱਕ ਪ੍ਰਿੰਟ ਲੈ ਕੇ ਆਏ ਹੋਏ ਸੀਗੇ ਨਾ ਆਪਣੇ ਕੋਲ ਪਿਆ ਸੀਗਾ ਉਹ ਜਿਹੜਾ ਰੂਪ ਵਾਲਿਆਂ ਤੋਂ ਲੈ ਕੇ ਆਏ ਸੀ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਫਸਟ ਪਤਾ ਨਹੀਂ ਸੈਕਿੰਡ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਤੇ ਉਹ ਪ੍ਰਿੰਟ ਦਾ ਹੁਣ ਮੈਂ ਸੋਚ ਰਹੀ ਹਾਂ ਦਿਮਾਗ ਖਿਲਾ ਰਹੀ ਹਾਂ ਵੀ ਕੀ ਡਿਜ਼ਾਈਨਿੰਗ ਕੀਤੀ ਜਾਵੇ ਤੇ ਉਹ ਸੂਟ ਦਾ ਉਹ ਪ੍ਰਿੰਟ ਦਾ ਹੁਣ ਮੈਂ ਬਣਾਉਂਗੀ ਕੋਡ ਸੈੱਟ ਮਤਲਬ ਆ ਸੀਗਾ ਉਹ ਪ੍ਰਿੰਟ ਆਪਾਂ ਇਸ ਪ੍ਰਿੰਟ ਦਾ ਬਣਾਉਣਾ ਕੋਡ ਸੈੱਟ ਹਨਾ ਕੋਡ ਸੈੱਟ ਹੋਊਗਾ ਜਿਵੇਂ ਛੋਟੀ ਜੀ ਸ਼ਾਰਟ ਸ਼ਰਟ ਬਣਾਉਂਗੀ ਕਾਲਰ ਵਾਲੀ ਜਿਹਦੇ ਨਾਲ ਆਪਾਂ ਨੂੰ ਦੁਪੱਟਾ ਨਾ ਲੈਣਾ ਪਵੇ ਤੇ ਨਾਲ ਟਰਾਊਜ਼ਰਸ ਬਣਾਉਂਗੀ ਆ ਜਿਹੜਾ ਆਪਾਂ ਫੈਬਰਿਕ ਉਦੋਂ ਤੁਹਾਨੂੰ ਦਿਖਾ ਰਹੇ ਸੀ ਨਾ ਬਲੂ ਇਹ ਇਹਦੇ ਨਾਲ ਜੱਚ ਗਿਆ ਮੈਂ ਇਹਦੇ ਨਾਲ ਬਣਾ ਲੈਣਾ ਕੋਈ ਨਾ ਇਹਦੇ ਨਾਲ ਕੋਂਬੋ ਕਰ ਲੈਣਾ ਮੈਂ ਪਾ ਲੈਣੀ ਆ ਇਹ ਜਿਹਾ ਇੱਧਰ ਉੱਧਰ ਥੋੜਾ ਬਹੁਤਾ ਫਰਕ ਮੈਂ ਇਦਾਂ ਨਹੀਂ ਕਰਦੀ ਹੈਗੀ ਮੈਂ ਤਾਂ ਪਾ ਲੈਣੀ ਆ ਜਿਹੋ ਜਿਹਾ ਮਿਲ ਗਿਆ ਹਨਾ ਹੁਣ ਪਰ ਮੈਂ ਟਿੰਕੂ ਨੂੰ ਆਪਣਾ ਸਟਾਈਲ ਦਿਖਾਇਆ ਵੀ ਮੈਨੂੰ ਇਹ ਸਟਾਈਲ ਚਾਹੀਦਾ ਦੇਖਦੇ ਆ ਹੁਣ ਕਿਹੋ ਜਿਹਾ ਬਣਦਾ ਰੱਖੜੀ ਵਾਲੇ ਦਿਨ ਹੀ ਪਤਾ ਲੱਗੂਗਾ ਹੁਣ ਤੁਹਾਨੂੰ ਮੈਂ ਕੀ ਪਾਇਆ ਤੇ ਇੱਥੇ ਦੇਖਿਓ ਕਹਿ ਦੂਗਾ ਕੋਈ ਸਵੇਰੇ ਵੀ ਮੀਂਹ ਪੈਂਦਾ ਸੀਗਾ ਕੜਕੜਾਂ ਦੀ ਧੁੱਪ ਨਿਕਲੀ ਹੋਈ ਹੈ ਭਾਦੋ ਦੀ ਧੁੱਪ ਮਤਲਬ ਪਤਾ ਲੱਗਦਾ ਵੀ ਅੱਜ ਭਾਦੋ ਦੀ ਧੁੱਪ ਹੈ ਉਹੀ ਇਹੀ ਚੀਜ਼ ਹੁੰਮਸ ਕਰ ਜਾਂਦੀ ਹੈ ਸਵੇਰੇ ਮੀਂਹ ਪੈ ਗਿਆ ਤੇ ਦੁਪਹਿਰੇ ਧੁੱਪ ਨਿਕਲੀ ਹਨਾ ਕੀ ਹਾਲ ਹੋਇਆ ਪਿਆ ਦੇਖੋ ਕਿੰਨੀ ਗਰਮੀ ਹੈ ਮਤਲਬ ਉਸ ਤੋਂ ਜ਼ਿਆਦਾ ਗਰਮੀ ਹੋ ਗਈ ਹੁਣ ਤਾਂ ਇੱਥੇ ਆਪਾਂ ਨੂੰ ਹੁਣ ਜਾਣਾ ਪਿਆ ਥੋੜਾ ਜਿਹਾ ਬਾਜ਼ਾਰ ਕਿਉਂਕਿ ਹਨੀਤ ਦਾ ਕਾਫੀ ਸਮਾਨ ਲਿਆਉਣ ਵਾਲਾ ਸੀਗਾ ਹਨੀਤ ਦਾ ਟਿਫਨ ਲੈ ਕੇ ਆਉਣ ਵਾਲਾ ਸੀਗਾ ਆਹ ਆਪਾਂ ਕਰੋਕਰੀ ਸਟੋਰ ਤੇ ਆ ਹਨੀਤ ਦੀਆਂ ਸ਼ਰਾਰਤਾਂ ਕਰੋਕਰੀ ਸਟੋਰ ਤੇ ਵੀ ਚੱਲ ਰਹੀਆਂ ਨੇ
टिफिन लेना सीगा, बॉटल लेनी सीगी, ते मैं देखियो तुसी अगे दिखाऊंगी थोनू मैं केड़ा टिफिन लिया। उन्होंने आपां नूं आ टिफिन्स दिखाए ने, पर हनीत नूं आ प्रिंसेस वाला टिफिन बहुत पसंद है। आपां ना चावला क्रॉकरी स्टोर है अपने इत्थे खन्ने, आपां उत्थे ऑलमोस्ट जाईदा, उन्हां तों ही असीं समान लैंदे आ। ओह मम्मी नूं जाणदे वी ने ते असीं उन्हां तों ही समान लैंदे आ, असीं सस नूं कट्ठे ही जाणे हुंदे आ लैण। आ देखो बाजार दीआं रौणकां, इत्थे हनीत ने लिया सी कैंडी फ्लॉस। उधर मैं देखिया सीगा ना उत्थे जीटीबी मार्केट, उधर असीं लै नहीं सकी सी, अज असीं मावां तीआं ने एक एक दोनों ने लिया सीगा। ते इत्थे देखो तुसीं मार्केट दीआं रौणकां, आ गए घरे, आपां आ वाले टिफिन लिया, आ वाला प्रिंसेस वाला ही टिफिन लिया, ते आ बॉटल लई है हनीत नूं। एक्चुअली वड्डा मैं तां नहीं लिया टिफिन, भी ओह एडा वड्डा फिर हनीत तों सांभणा नहीं हैगा। चलो अगले सेमेस्टर दे विच लै दांगे जदों हायर क्लासेस दे विच जाऊगी। ते इत्थे आ देखो बॉटल सोहणी है ना, सारे दस्सियो भी हनीत दा समान किहो जिहा लग्गिया, बिकॉज सानू मावां तीआं नूं बहुत चाह, उहनूं भी बहुत चाह स्कूल जाण दा, चाहे इक दिन ना जावे। ते इत्थे आपां लिया सी बटर पेपर, इहदे परौंठी लई है। ए हैगा निक्की जी दा हनीत दा टाइम टेबल, देखियो किहो जिहा टाइम टेबल है। ए हैगा शेड्यूल, लंच बॉक्स शेड्यूल सारा, ते मतलब अच्छा लग रहा है, हैप्पी लग हो रही है, भी खुशी चल रही है भी हनीत भी स्कूल जाऊगी। आ हनीत दा बैग है, हनीत दा बैग पैक करांगे। एक्चुअली कल इन्हां दे ना स्कूल दे विच राखी सेलिब्रेट हो रही है, राखी फंक्शन है, ते ओदे लई आपां इहदे विच इक तां राखी पावांगे, रखड़ी तां जरूर पाउणी ओ पाउणी है, क्योंकि मैम ने कहा भी जिहड़ियां गर्ल्स ने ओह रखड़ी लैके आउण, ते जिहड़े बॉयज ने ओह गिफ्ट्स लैके आउण, जिहड़ियां उहनां दीआं सिस्टर्स होणगीआं, हैना। ते इत्थे आपां हुण स्टार्ट करदे आ ओहदे बैग दी पैकिंग। ओहदीआं बुक्स मैं सारियां ही चक लिया, पर ओहदी बुक इक्को ही पाउणी आ, नंबरिंग वाली बुक पाउणी आ। मैम ने कहा सी वी इक मतलब डिफरेंट डिफरेंट डेज होणगे हर एक बुक दे, मैनूं लगदा कल नूं इक तां नमेरिकल दा, नंबर्स दा, मैथ दी बुक पाऊगी, एक ड्राइंग, बस होर तां कुछ नहीं, एक लंच बॉक्स दा आऊगा, बॉटल जाऊगी, होर तां कुछ नहीं। वैसे इनू ना सारे जिहड़े वर्ड्स ने 1 to 10 तक ਉਹ ਫੈਮਿਲੀਅਰ ਹੈ, ਉਹਨਾਂ ਨਾਲ ਇਹ ਇਹਨੂੰ ਪਤਾ। ਜੇ ਆਪਾਂ ਇਹਨੂੰ ਪੁੱਛੀਏ ਵੀ 1 ਕਿੱਥੇ ਆ, 2 ਕਿੱਥੇ ਆ, ਇਹ ਫੈਮਿਲੀਅਰ ਆ, ਇਹ ਦੱਸ ਦਿੰਦੀ ਆ। ਬਿਕੋਜ਼ ਮੈਂ ਆ ਦੇਖੋ ਇਹਦੀ ਕਿੰਨੀ ਸੋਹਣੀ ਟੈਡੀ ਬੀਅਰ ਵਾਲੀ ਰੱਖੜੀ ਲੈ ਕੇ ਆਈ ਸੀਗੀ, ਇਹ ਟੈਡੀ ਬੀਅਰ ਵਾਲੀ ਰੱਖੜੀ ਆ, ਮੈਂ ਕਿਹਾ ਚੱਲ ਜਿਹੜੇ ਵੀ ਬੱਚੇ ਦੇ ਬੰਨੂ ਬੱਚਾ ਖੁਸ਼ ਹੋਜੂ, ਹੈਨਾ। ਤੇ ਇਹਨੂੰ ਇਹ ਫੈਮਿਲੀਅਰ ਹੈ, ਇਹ ਦੱਸ ਦਿੰਦੀ ਹੈ। ਜੇ ਇਹਨੂੰ ਤੁਸੀਂ ਮੈਥ ਦਾ ਕੁਛ ਵੀ ਵਰਡਸ, ਨਾਟ ਈਵਨ ਮੈਥ, ਜੇ ਤੁਸੀਂ ਅਲਫਾਬੈਟਸ ਵੀ ਪੁੱਛੋਗੇ ਨਾ, ਤਾਂ ਇਹਨੇ ਤੁਹਾਨੂੰ ਦੱਸ ਦੇਣੇ ਨੇ ਜ਼ੈਡ ਤੱਕ, ਇਹਨੂੰ ਸਾਰੇ ਅਲਫਾਬੈਟਸ ਦੀ ਫੈਮਿਲੀਅਰ ਹੈ। ਤੇ ਆ ਆਪਾਂ ਕਰਤਾ ਹਨੀਤ ਦਾ ਬੈਗ ਪੈਕ, ਨਿੱਕੀ ਜੀ ਦਾ ਫਸਟ ਡੇ ਆਫ ਸਕੂਲ, ਉਹਦੀ ਜ਼ਿੰਦਗੀ ਦਾ ਫਸਟ ਡੇ ਆਫ ਸਕੂਲ ਹੈ ਆ ਬੈਗ। ਮਤਲਬ ਆਲਰੇਡੀ ਇਹਨੂੰ ਨਾ ਇਹਦੀ ਨਾਨੀ ਜੀ ਬਾਹਰੋਂ ਲੈ ਕੇ ਆਏ ਸੀਗੇ। ਇੱਥੇ ਹੋ ਗਿਆ ਬਲੌਗ ਦਾ ਐਂਡ, ਕਿਉਂਕਿ ਆਪਣਾ ਬਲੌਗ ਆਲਰੇਡੀ ਬਹੁਤ ਲੰਬਾ ਹੋ ਗਿਆ ਅੱਜ, ਸੋ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੱਡਿਆਂ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਤੁਹਾਨੂੰ, ਤੇ ਤੁਹਾਡੀ ਕਮਾਈਆਂ ਚ ਬਰਕਤਾਂ ਪਾਵੇ। ਸਾਡੇ ਜਿਹੜੇ ਵੀ ਭਰਾ ਨੇ ਉਹਨਾਂ ਨੂੰ ਰੱਖੜੀ ਦੀ ਬਹੁਤ, ਭੈਣਾਂ ਭਰਾਵਾਂ ਦੋਨਾਂ ਨੂੰ ਰੱਖੜੀ ਦੀ ਬਹੁਤ ਸਾਰੀ ਸ਼ੁਭਕਾਮਨਾਵਾਂ, ਤੇ ਉਹਨਾਂ ਸਾਰੇ ਭਰਾਵਾਂ ਦੀਆਂ ਲੰਬੀਆਂ ਉਮਰਾਂ ਲਈ ਭੈਣਾਂ ਸਦਾ ਹੀ ਦੁਆਵਾਂ ਮੰਗਦੀਆਂ ਨੇ, ਉਵੇਂ ਹੀ ਮੈਂ ਦੁਆਵਾਂ ਮੰਗਦੀ ਹਾਂ। ਮੇਰੀ ਯੂਟਿਊਬ ਫੈਮਿਲੀ ਤੇ ਜਿੰਨੇ ਮੇਰੇ ਭਰਾ ਨੇ ਉਹਨਾਂ ਲਈ, ਮੈਂ ਸਾਰਿਆਂ ਲਈ ਦੁਆਵਾਂ ਮੰਗਦੀ ਹਾਂ। ਜਿਹੀ ਜੀ ਮੇਰੀ ਆਹ ਫੈਮਿਲੀ ਆ, ਉਹੀ ਜੇ ਤੁਸੀਂ ਹੋ, ਸਾਰਿਆਂ ਦੇ ਘਰਾਂ ਚ ਬਰਕਤਾਂ ਰਹਿਣ, ਮੇਰੇ ਭਰਾਵਾਂ ਦੇ ਕਮਾਈਆਂ ਚ ਬਰਕਤਾਂ ਪਾਵੇ, ਰੱਬ ਭੈਣਾਂ ਨੂੰ ਲੰਬੀ ਉਮਰ ਦੇਵੇ।